ਵਾਇਦੇ ਦਾ ਦੇਸ਼ ਆਖਿਰਕਾਰ ਸਮਾਂ ਆ ਗਿਆ ਕਿ ਇਸرائیਲੀ ਕਨਾਨ ਅਰਥਾਤ ਵਾਇਦੇ ਦੇ ਦੇਸ਼ ਵਿੱਚ ਪ੍ਰਵੇਸ਼ ਕਰਨ ਯਹੋਸ਼ੂਆ ਨੇ ਦੋ ਪੀੜ੍ਹੀ ਇੱਕ ਕਨਾਨੀ ਸ਼ਹਿਰ ਯਰੀਹੋ ਵਿੱਚ ਭੇਜੇ ਜੋ ਇੱਕ ਬਹੁਤ ਤਕੜੀ ਦੀਵਾਰ ਨਾਲ ਸੁਰੱਖਿਅਤ ਸੀ ਉਸ ਸ਼ਹਿਰ ਵਿੱਚ ਇੱਕ ਰਹਾਬ ਨਾਮ ਦੀ ਬੇਸ਼ਵਾ ਰਹਿੰਦੀ ਸੀ ਜਿਸ ਨੇ ਇਹਨਾਂ ਭੇਦੀਆਂ ਨੂੰ ਲੁਕਾਇਆ ਅਤੇ ਬਾਅਦ ਵਿੱਚ ਬਚ ਨਿਕਲਣ ਵਿੱਚ ਮਦਦ ਵੀ ਕੀਤੀ ਉਸ ਨੇ ਇਸ ਲਈ ਅਝਿਹਾ ਕੀਤਾ ਕਿਉਂਕਿ ਉਹ ਪਰਮੇਸ਼ਰ ਤੇ ਭਰੋਸਾ ਰੱਖਦੀ ਸੀ ਉਹਨਾਂ ਨੇ ਰਹਾਬ ਨਾਲ ਵਾਅਦਾ ਕੀਤਾ ਕਿ ਜਦੋਂ ਇਸرائیਲੀ ਯਰੀਹੋ ਨੂੰ ਨਾਸ਼ ਕਰਨਗੇ ਤਾਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਬਚਾਉਣਗੇ ਵਾਅਦੇ ਦੇ ਦੇਸ਼ ਵਿੱਚ ਪ੍ਰਵੇਸ਼ ਕਰਨ ਲਈ ਇਸرائیਲੀਆਂ ਨੇ ਯਰਦਨ ਨਦੀ ਨੂੰ ਪਾਰ ਕਰਨਾ ਸੀ ਪਰਮੇਸ਼ਰ ਨੇ ਯਹੋਸ਼ੂਆ ਨੂੰ ਕਿਹਾ ਪਹਿਲਾਂ ਜਾਜਕਾਂ ਨੂੰ ਜਾਣ ਦੇਵੀਂ ਜਦੋਂ ਜਾਜਕਾਂ ਨੇ ਯਰਦਨ ਨਦੀ ਵਿੱਚ ਆਪਣੇ ਪੈਰ ਪਾਏ ਤਾਂ ਪਾਣੀ ਵਹਿਣਾ ਬੰਦ ਹੋ ਗਿਆ ਤਾਂ ਕਿ ਇਸرائیਲੀ ਨਦੀ ਦੇ ਦੂਸਰੇ ਪਾਸੇ ਜਾ ਸਕਣ ਲੋਕਾਂ ਦੁਆਰਾ ਯਰਦਨ ਨਦੀ ਪਾਰ ਕਰਨ ਤੋਂ ਬਾਅਦ ਪਰਮੇਸ਼ਰ ਨੇ ਯਹੋਸ਼ੂਆ ਨੂੰ ਦੱਸਿਆ ਕਿ ਕਿਸ ਤਰ੍ਹਾਂ ਸ਼ਕਤੀਸ਼ਾਲੀ ਸ਼ਹਿਰ ਯਰੀਹੋ ਤੇ ਹਮਲਾ ਕਰਨਾ ਹੈ ਲੋਕਾਂ ਨੇ ਪਰਮੇਸ਼ਰ ਦਾ ਹੁਕਮ ਮੰਨਿਆ ਜਿਵੇਂ ਪਰਮੇਸ਼ਰ ਨੇ ਉਹਨਾਂ ਨੂੰ ਕਰਨ ਲਈ ਕਿਹਾ ਸੀ ਇਸرائیਲੀਆਂ ਨੇ ਯਰੀਹੋ ਸ਼ਹਿਰ ਦੇ ਚਫੇਰੇ ਹਰ ਰੋਜ਼ 6 ਦਿਨ ਚੱਕਰ ਲਾਇਆ ਤਦ 7ਵੇਂ ਦਿਨ ਇਸرائیਲੀਆਂ ਨੇ ਸ਼ਹਿਰ ਦੇ ਚਫੇਰੇ 7 ਵਾਰ ਚੱਕਰ ਲਾਇਆ ਜਦੋਂ ਉਹਨਾਂ ਨੇ ਸ਼ਹਿਰ ਦੇ ਚੁਫੇਰੇ ਆਖਰੀ ਚੱਕਰ ਲਾਇਆ ਜਾਜਕਾਂ ਨੇ ਤੁਰੀਆਂ ਵਜਾਈਆਂ ਅਤੇ ਸਿਪਾਹੀਆਂ ਨੇ ਨਾਰੇ ਗਜਾਏ ਤਦ ਹੀ ਯਰੀਹੋ ਦੇ ਚੁਫੇਰੇ ਦੀਵਾਰ ਡਿੱਗ ਪਈ ਇਸرائیਲੀਆਂ ਨੇ ਸ਼ਹਿਰ ਵਿੱਚੋਂ ਸਭ ਕੁਝ ਨਾਸ਼ ਕਰ ਦਿੱਤਾ ਜਿਵੇਂ ਪਰਮੇਸ਼ਰ ਨੇ ਹੁਕਮ ਦਿੱਤਾ ਸੀ ਉਹਨਾਂ ਸਿਰਫ ਰਹਾਬ ਅਤੇ ਉਸ ਦੇ ਪਰਿਵਾਰ ਨੂੰ ਬਚਾਇਆ ਜੋ ਇਸرائیਲੀਆਂ ਦਾ ਹਿੱਸਾ ਬਣ ਗਏ ਸਨ ਜਦੋਂ ਕਨਾਣ ਵਿੱਚ ਰਹਿੰਦੇ ਦੂਸਰੇ ਲੋਕਾਂ ਨੇ ਸੁਣਿਆ ਕਿ ਇਸرائیਲੀਆਂ ਨੇ ਯਰੀਹੋ ਸ਼ਹਿਰ ਤਬਾਹ ਕਰ ਦਿੱਤਾ ਹੈ ਉਹ ਬਹੁਤ ਡਰ ਗਏ ਕਿ ਇਸرائیਲੀ ਉਹਨਾਂ ਉੱਤੇ ਵੀ ਹਮਲਾ ਕਰਨਗੇ ਪਰਮੇਸ਼ਰ ਨੇ ਇਸرائیਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਕਨਾਨੀਆਂ ਦੇ ਕਿਸੇ ਵੀ ਸਮੂਹ ਦੇ ਨਾਲ ਸ਼ਾਂਤੀ ਨੇਮ ਨਾ ਬੰਨਣ ਪਰ ਕਨਾਨੀ ਲੋਕਾਂ ਦਾ ਇੱਕ ਸਮੂਹ ਜਿਨ੍ਹਾਂ ਨੂੰ ਗਿਬੋਨੀ ਕਹਿੰਦੇ ਸਨ ਉਹਨਾਂ ਨੇ ਯਹੋਸ਼ੂਆ ਨਾਲ ਝੂਠ ਬੋਲਿਆ ਕਿ ਉਹ ਕਨਾਨ ਤੋਂ ਬਹੁਤ ਦੂਰ ਕਿਸੇ ਹੋਰ ਜਗ੍ਹਾ ਦੇ ਹਨ ਉਹਨਾਂ ਨੇ ਯਹੋਸ਼ੂਆ ਨੂੰ ਕਿਹਾ ਕਿ ਉਹ ਉਹਨਾਂ ਨਾਲ ਸ਼ਾਂਤੀ ਨੇਮ ਬਣੇ ਯਹੋਸ਼ੂਆ ਅਤੇ ਇਸرائیਲੀਆਂ ਨੇ ਪਰਮੇਸ਼ਰ ਕੋਲੋਂ ਨਹੀਂ ਪੁੱਛਿਆ ਕਿ ਗਿਬੋਨੀ ਕਿੱਥੋਂ ਦੇ ਰਹਿਣ ਵਾਲੇ ਹਨ ਇਸ ਲਈ ਯਹੋਸ਼ੂਆ ਨੇ ਉਹਨਾਂ ਨਾਲ ਸ਼ਾਂਤੀ ਨੇਮ ਬੰਨ ਲਿਆ ਇਸرائیਲੀ ਬਹੁਤ ਗੁੱਸੇ ਹੋਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗਿਬੋਨੀਆਂ ਨੇ ਉਹਨਾਂ ਨੂੰ ਠੱਗਿਆ ਹੈ ਪਰ ਉਹਨਾਂ ਨੇ ਉਹਨਾਂ ਦੇ ਨਾਲ ਸ਼ਾਂਤੀ ਨੇਮ ਨੂੰ ਬਣਾਈ ਰੱਖਿਆ ਕਿਉਂਕਿ ਇਹ ਪਰਮੇਸ਼ਰ ਦੇ ਸਾਹਮਣੇ ਵਾਅਦਾ ਸੀ ਕੁਝ ਸਮੇਂ ਬਾਅਦ ਕਨਾਨ ਦੇ ਹੋਰ ਲੋਕਾਂ ਦੇ ਰਾਜਿਆਂ ਨੇ ਸੁਣਿਆ ਕਿ ਗਿਵੋਨੀਆਂ ਨੇ ਇਸرائیਲੀਆਂ ਨਾਲ ਸ਼ਾਂਤੀ ਨੇਮ ਬਣ ਲਿਆ ਹੈ ਤਾਂ ਉਹਨਾਂ ਨੇ ਸਾਰੀਆਂ ਸੈਨਾਵਾਂ ਨੂੰ ਇੱਕ ਸੈਨਾ ਦੇ ਰੂਪ ਵਿੱਚ ਇਕੱਠਾ ਕੀਤਾ ਅਤੇ ਗਿਵੋਨ ਉੱਤੇ ਹਮਲਾ ਕੀਤਾ ਗਿਵੋਨੀਆਂ ਨੇ ਯਹੋਸ਼ੂਆ ਨੂੰ ਸੰਦੇਸ਼ ਭੇਜਿਆ ਅਤੇ ਮਦਦ ਮੰਗੀ ਇਸ ਲਈ ਯਹੋਸ਼ੂਆ ਨੇ ਸਾਰੇ ਇਸرائیਲੀਆਂ ਦੀ ਸੈਨਾ ਨੂੰ ਇਕੱਠਾ ਕੀਤਾ ਅਤੇ ਗਿਵੋਨੀਆਂ ਕੋਲ ਪਹੁੰਚਣ ਲਈ ਸਾਰੀ ਰਾਤ ਚੱਲਦੇ ਰਹੇ ਸਵੇਰ ਨੂੰ ਉਹਨਾਂ ਨੇ ਅਮੋਰੀਆਂ ਦੀ ਸੈਨਾ ਨੂੰ ਹੈਰਾਨ ਕੀਤਾ ਅਤੇ ਉਹਨਾਂ ਉੱਤੇ ਹਮਲਾ ਕੀਤਾ ਉਸ ਦਿਨ ਪਰਮੇਸ਼ਰ ਇਸرائیਲੀਆਂ ਲਈ ਲੜਿਆ ਉਸਨੇ ਅਮੋਰੀਆਂ ਨੂੰ ਉਲਝਣ ਵਿੱਚ ਪਾ ਦਿੱਤਾ ਅਤੇ ਵੱਡੇ-ਵੱਡੇ ਗੜੇ ਭੇਜੇ ਜਿਸ ਨਾਲ ਬਹੁਤ ਅਮੋਰੀ ਮਾਰੇ ਗਏ ਪਰਮੇਸ਼ਰ ਨੇ ਸੂਰਜ ਨੂੰ ਵੀ ਆਕਾਸ਼ ਵਿੱਚ ਇੱਕ ਜਗ੍ਹਾ ਤੇ ਖੜਾ ਕਰ ਦਿੱਤਾ ਤਾਂ ਕਿ ਇਸرائیਲੀਆਂ ਕੋਲ ਅਮੋਰੀਆਂ ਨੂੰ ਚੰਗੀ ਤਰ੍ਹਾਂ ਹਰਾਉਣ ਲਈ ਬਹੁਤ ਸਮਾਂ ਹੋਵੇ ਉਸ ਦਿਨ ਪਰਮੇਸ਼ਰ ਨੇ ਇਸرائیਲੀਆਂ ਲਈ ਵੱਡੀ ਲੜਾਈ ਜਿੱਤੀ ਪਰਮੇਸ਼ਰ ਦੁਆਰਾ ਉਹਨਾਂ ਸੈਨਾਵਾਂ ਨੂੰ ਹਰਾਉਣ ਦੇ ਬਾਅਦ ਹੋਰ ਕਈ ਕਨਾਨੀ ਲੋਕਾਂ ਦੇ ਝੁੰਡ ਇਕੱਠੇ ਹੋਏ ਕਿ ਇਸਰਾਇਲ ਉੱਤੇ ਹਮਲਾ ਕਰਨ ਯਹੋਸ਼ੂਆ ਅਤੇ ਇਸਰਾਇਲੀਆਂ ਨੇ ਹਮਲਾ ਕੀਤਾ ਅਤੇ ਉਹਨਾਂ ਨੂੰ ਹਰਾ ਦਿੱਤਾ ਇਸ ਯੁੱਧ ਦੇ ਬਾਅਦ ਪਰਮੇਸ਼ਰ ਨੇ ਇਸਰਾਇਲ ਦੇ ਹਰ ਗੋਤਰ ਨੂੰ ਵਾਅਦੇ ਦੇ ਦੇਸ਼ ਵਿੱਚ ਆਪਣਾ ਖੇਤਰ ਦਿੱਤਾ ਤਦ ਪਰਮੇਸ਼ਰ ਨੇ ਇਸਰਾਇਲ ਨੂੰ ਇਸ ਦੀਆਂ ਸਾਰੀਆਂ ਹੱਦਾਂ ਤੋਂ ਸ਼ਾਂਤੀ ਦਿੱਤੀ ਜਦੋਂ ਯਹੋਸ਼ੂਆ ਬੁੱਢਾ ਹੋ ਗਿਆ ਉਸਨੇ ਇਸਰਾਇਲ ਦੇ ਸਾਰੇ ਲੋਕਾਂ ਨੂੰ ਕੋਲ ਬੁਲਾਇਆ ਤਦ ਯਹੋਸ਼ੂਆ ਨੇ ਲੋਕਾਂ ਨੂੰ ਪਰਮੇਸ਼ਰ ਦੁਆਰਾ ਸੀਨਾਈ ਪਹਾੜ ਉੱਤੇ ਇਸرائیਲੀਆਂ ਨਾਲ ਕੀਤੇ ਗਏ ਨੇਮ ਨੂੰ ਮੰਨਣ ਲਈ ਉਹਨਾਂ ਦੇ ਕਰਤੱਵ ਨੂੰ ਯਾਦ ਦਿਵਾਇਆ ਲੋਕਾਂ ਨੇ ਪਰਮੇਸ਼ਰ ਨਾਲ ਵਫ਼ਾਦਾਰ ਰਹਿਣ ਅਤੇ ਉਸਦੇ ਹੁਕਮਾਂ ਦੀ ਪਾਲਣਾ ਕਰਨ ਲਈ ਵਾਅਦਾ ਕੀਤਾ